ਅਤੇ ਤੁਹਾਨੂੰ ਕੈਲਸ਼ੀਅਮ ਦਾ ਇੱਕ ਬਹੁਤ ਵਧੀਆ ਸੋਰਸ ਦੱਸ ਰਹੇ ਹਾਂ ਜਿਸ ਨੂੰ ਤੁਸੀਂ ਘਰ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਪ੍ਰਯੋਗ ਕਰ ਸਕਦੇ ਹੋ। ਗੋਡਿਆਂ ਦਾ ਦਰਦ ਢੋਹੀ ਡਿਸਕ ਸਰਵਾਈਕਲ ਸਪੋਂਡਾਈਲਾਈਟਿਸ ਹੈ ਨਾ ਇਹਨਾਂ ਸਾਰੇ ਰੋਗਾਂ ਤੋਂ ਤੁਸੀਂ ਚੰਗੀ ਤਰ੍ਹਾਂ ਬਚ ਸਕਦੇ ਹੋ। ਕੈਲਸ਼ੀਅਮ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਵੀ ਚੂਨਾ 70 ਤਰ੍ਹਾਂ ਦੇ ਰੋਗਾਂ 'ਤੇ ਕੰਮ ਕਰਦਾ, ਬੱਚਿਆਂ ਦਾ ਕੱਦ ਵਧਣ ਲਈ, ਸਰੀਰਕ ਕਮਜ਼ੋਰੀ ਲਈ, ਵਾਲਾਂ ਦਾ ਝੜਨਾ, ਆਪਣਾ ਦੰਦਾਂ ਨੂੰ ਤੱਤਾ ਠੰਡਾ ਲੱਗਣਾ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ, ਇਹਨਾਂ ਸਾਰਿਆਂ ਦੇ ਉੱਤੇ ਕੈਲਸ਼ੀਅਮ ਦਾ ਹੀ ਰੋਲ ਆ। ਕੈਲਸ਼ੀਅਮ ਸਾਡੇ ਸਰੀਰ ਦਾ 2% ਵੇਟ ਵਾ ਮਗਰ 2% ਹੈਗਾ ਅਤੇ ਸਭ ਤੋਂ ਜ਼ਰੂਰੀ ਪਹਿਲਾ ਤੱਤ ਹੈਗਾ ਇਹ ਬੋਡੀ ਲਈ, ਅਤੇ ਇਹਦੀ ਪੂਰਤੀ ਕਰਨੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। 1000 ਤੋਂ 1500 mg ਸਾਨੂੰ ਡੇਲੀ ਵੱਖ ਵੱਖ ਸਥਿਤੀਆਂ ਦੇ ਹਿਸਾਬ ਨਾਲ ਕੈਲਸ਼ੀਅਮ ਚਾਹੀਦਾ, ਉਹ ਕਿਸੇ ਦਿਨ ਡਿਟੇਲ 'ਚ ਫਿਰ ਗੱਲ ਕਰਾਂਗੇ। ਅਤੇ ਅੱਜ ਦੀ ਜਿਹੜੀ ਸਾਡੀ ਉਹ ਹੈਗੀ ਇਹਦੇ ਲਈ ਮੈਂ ਤੁਹਾਨੂੰ ਇੱਕ ਬੜਾ ਸਰਲ ਪ੍ਰਯੋਗ ਦੱਸ ਰਿਹਾ ਅਤੇ ਇਹਨੂੰ ਤੁਸੀਂ ਘਰ 'ਤੇ ਆਸਾਨੀ ਨਾਲ ਬਣਾ ਸਕਦੇ ਹੋ, ਪਰ ਪ੍ਰਯੋਗ ਕਰਨ ਵੇਲੇ ਜ਼ਰੂਰ ਇੱਕ ਗੱਲ ਦਾ ਖਿਆਲ ਰੱਖਣਾ ਵੀ ਥੋੜ੍ਹੀ ਕਿਸੇ ਨੂੰ ਗਰਮੀ ਪ੍ਰਕਿਰਤ ਹੁੰਦੀ ਹੈ, ਜਿਹਨਾਂ ਦੀ ਗਰਮੀ ਪ੍ਰਕਿਰਤੀ ਹੁੰਦੀ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਪ੍ਰਯੋਗ ਸਰਦੀ ਰੁੱਤ 'ਚ ਕਰ ਲੈਣਾ ਚਾਹੀਦਾ, ਮਹੀਨਾ ਡੇਢ ਮਹੀਨਾ, ਜਾਂ ਕਿਸੇ ਵੈਦ ਦੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ। ਕੈਲਸ਼ੀਅਮ ਦੀ ਘਾਟ ਹੋਵੇ ਤਾਂ ਪ੍ਰਯੋਗ ਕਰੋ, ਜੇਕਰ ਕੈਲਸ਼ੀਅਮ ਦੀ ਬਹੁਤਾਤ ਆ ਫਿਰ ਇਸ ਦੀ ਜ਼ਰੂਰਤ ਨਹੀਂ, ਟੈਸਟ ਕਰਵਾਉਂਦੇ ਰਹਿਣਾ ਜਾਂ ਕਿਸੇ ਡਾਕਟਰ ਦੀ ਦੇਖ ਰੇਖ 'ਚ ਵੀ ਤੁਸੀਂ ਕੈਲਸ਼ੀਅਮ ਦਾ ਸੋਰਸ ਆਯੁਰਵੈਦਿਕ ਲੈ ਸਕਦੇ ਹੋ। ਇਹ ਆਯੁਰਵੈਦਿਕ ਸੋਰਸ ਆ, ਸਸਤਾ ਸਰਲ ਸੁਲਭ ਆ। ਕੈਲਸ਼ੀਅਮ ਹੋਰ ਵੀ ਬਹੁਤ ਨੇ, ਮੋਤੀ ਹੋਈ, ਪਰਵਾਲ ਹੋਈ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਇਹ ਸਾਡੇ ਆਮ ਮਿਲਣ ਵਾਲੀ ਚੀਜ਼ ਆ। ਇਹਦੇ ਲਈ ਸਭ ਤੋਂ ਪਹਿਲਾਂ ਸਾਨੂੰ 2 ਚੀਜ਼ਾਂ ਦੀ ਜ਼ਰੂਰਤ ਹੀ ਪੈਣੀ ਹੈ, ਸਾਨੂੰ ਇੱਕ ਪੈਣੀ ਆ ਕਾਲੀ ਦੀ ਜ਼ਰੂਰਤ, ਦੂਸਰਾ ਪੈਣੀ ਆ ਸਾਨੂੰ ਹਲਦੀ ਦੀ ਜ਼ਰੂਰਤ, ਠੀਕ ਹੈ ਜੀ। ਇਹ 2 ਚੀਜ਼ਾਂ ਅਸੀਂ ਲੈ ਲੈਣੀਆਂ ਨੇ। ਇਹਨਾਂ ਦੋਨਾਂ ਚੀਜ਼ਾਂ ਨੂੰ ਬਣਾਉਣ ਦਾ ਢੰਗ ਇਹ ਹੈਗਾ ਵੀ ਸਭ ਤੋਂ ਪਹਿਲਾਂ ਇੱਕ ਜਿਹੜੀ ਕਲੀ ਹੈਗੀ ਆ, ਕਲੀ ਨੂੰ ਅਸੀਂ ਘੜੇ ਵਿੱਚ ਪਾਵਾਂਗੇ। ਹਾਂਜੀ, ਇਸ ਤਰ੍ਹਾਂ ਕਰਦੇ ਹੋਏ ਤੁਸੀਂ ਕਲੀ ਨੂੰ ਨਾ ਇਹਦੇ ਵਿੱਚ ਪਹਿਲਾਂ ਘੜੇ 'ਚ ਪਾ ਲਓ। ਇਹ ਅਣਬੁਝਿਆ ਚੂਨਾ ਹੈ, ਅਣਬੁਝੀ ਕਲੀ ਕਹਿ ਸਕਦੇ ਹਾਂ ਅਸੀਂ ਇਹਨੂੰ, ਇਹਨੂੰ ਇਹਦੇ ਵਿੱਚ ਤੁਸੀਂ ਮਿਲਾ ਲਵੋ। ਲਓ ਜੀ, ਉਸ ਤੋਂ ਬਾਅਦ ਕਲੀ ਜਦੋਂ ਪੈ ਗਈ ਤਾਂ ਇਹਦੇ ਵਿੱਚ ਇਹ ਹਲਦੀ ਦੀਆਂ ਗੰਢੀਆਂ ਪਾ ਲੈਣੀਆਂ। ਕਲੀ ਅਸੀਂ ਨੋਟ ਕਰ ਲਓ 2 ਕਿਲੋ ਲੈਣੀ ਆ। ਅਣਬੁਝੀ ਚਨੀ ਕਲੀ ਰਲੇ ਵਾਲੀ ਮਿਲ ਜਾਏ ਤਾਂ ਬਹੁਤ ਹੀ ਬੈਟਰ ਆ। ਅਤੇ ਜਿਹੜਾ ਇਹ ਚੂਨਾ ਲੈਣਾ ਆਪਣਾ ਹਲਦੀ ਲੈਣੀ ਆ, ਹਲਦੀ ਦੀਆਂ ਗੰਢੀਆਂ 1 ਕਿਲੋ 1/2 ਕਿਲੋ ਲੈਣੀਆਂ ਨੇ। 500 ਗ੍ਰਾਮ ਵਿੱਚ 2 ਕਿਲੋ ਕਲੀ ਪਾਉਣੀ ਆ ਅਤੇ 2 ਲੀਟਰ ਵਿੱਚ ਅਸੀਂ ਪਾਣੀ ਪਾਉਣਾ ਫਿਰ। ਹਾਂਜੀ, ਇਹਦੇ ਵਿੱਚ ਹੁਣ ਅਸੀਂ ਪਾਣੀ ਪਾਵਾਂਗੇ 2 ਲੀਟਰ ਪਾਣੀ ਪਾ ਕੇ ਇਹਨੂੰ ਤੁਸੀਂ 2 ਲੀਟਰ ਪਾਉਣਾ ਬਸ, ਬਹੁਤ ਆ। ਹੋਰ ਪਾ ਦੇ ਥੋੜ੍ਹਾ ਜਿਹਾ, 2 ਲੀਟਰ ਪਾਣੀ ਪਾ ਕੇ ਚੈੱਕ ਕਰ ਲਓ। ਇਹ ਉਬਾਲੀਆਂ ਮਾਰਨ ਲੱਗ ਜੂਗਾ ਇਸ ਤਰ੍ਹਾਂ, ਦੇਖੋ ਦੇਖੋ ਜੀ ਉਬਾਲੀ ਮਾਰ ਰਿਹਾ ਨਾ, ਇਹ ਅਸਲੀ ਚੂਨਾ ਹੈਗਾ। ਫਿਰ ਪਾ ਪਾਣੀ ਵਿੱਚ, ਹੋਰ ਪਾ ਪਾਣੀ, ਇਹ ਗਰਮ ਹੋਣਾ ਚਾਹੀਦਾ। ਜਿਹੜੀ ਦੀ ਇੱਕ ਬਹੁਤ ਅੱਛਾ ਕੰਪਾਊਂਡ ਮਿਲਦਾ ਹਲਦੀ ਨਾਲ ਬਣ ਮਿਲ ਕੇ, ਹਲਦੀ ਆਪਣੇ ਆਪ 'ਚ ਇੱਕ ਬਹੁਤ ਤਕੜਾ ਐਂਟੀਬਾਇਓਟਿਕ, ਐਂਟੀ ਐਲਰਜਿਕ ਅਤੇ ਸਰੀਰ ਨੂੰ ਤਾਕਤ ਦੇਣ ਵਾਲੀ ਚੀਜ਼ ਆ। ਕੈਲਸ਼ੀਅਮ ਮਿਲ ਕੇ ਸਰੀਰ ਨੂੰ ਲੱਗਣ ਵਾਸਤੇ ਇੱਕ ਹੋਰ ਵੀ ਬਹੁਤ ਅੱਛੀ ਉਹ ਮਿਲ ਜਾਂਦੀ ਹੈ। ਇਹਨੂੰ ਜੀ ਤੁਸੀਂ ਬੰਦ ਕਰਕੇ ਘੜੇ ਨਾਲ ਢੱਕਣ ਦੇ ਕੇ ਇਹਨੂੰ ਘੱਟੋ ਘੱਟ 2 ਮਹੀਨਿਆਂ ਲਈ ਇੱਕ ਪਾਸੇ ਰੱਖ ਦਿਓ ਅਤੇ ਉਸ ਤੋਂ ਬਾਅਦ ਇਹਨੂੰ ਤੁਸੀਂ ਕੱਢ ਕੇ ਹਲਦੀ ਦੀਆਂ ਗੰਢੀਆਂ ਨੂੰ ਕੱਲੀ ਕੱਲੀ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਣਾ। ਧੋਣ ਤੋਂ ਬਾਅਦ ਇਹਦਾ ਪਾਊਡਰ ਤਿਆਰ ਕਰਕੇ ਰੱਖ ਲਵੋ। ਇਸ ਤਰ੍ਹਾਂ ਦਾ ਪਾਊਡਰ ਤਿਆਰ ਹੋ ਜਾਣਾ, ਇਹ ਥੋੜ੍ਹਾ ਜਿਹਾ ਲਾਲੀ ਲਈ ਤਿਆਰ ਹੋਊਗਾ, ਸਾਡਾ ਬਣਾ ਕੇ ਰੱਖਿਆ ਹੁੰਦਾ ਪਹਿਲਾਂ। ਇਹ ਮਤਲਬ ਅਸੀਂ ਹਮੇਸ਼ਾ ਹੀ ਪ੍ਰਯੋਗ ਕਰਦੇ ਹਾਂ ਸਰਦੀਆਂ 'ਚ ਖਾਸ ਕਰਕੇ। ਅੱਛਾ, ਇਹਦੀ ਪ੍ਰਯੋਗ ਕਰਨ ਦੇ ਢੰਗ ਇਹ ਹੈਗੇ, ਇਹਨੂੰ ਸ਼ਕਤੀ ਦਾ ਖਜ਼ਾਨਾ ਵੀ ਕਿਹਾ ਜਾ ਸਕਦਾ। ਅਤੇ ਇਹਦਾ ਪ੍ਰਯੋਗ ਕਰਨ ਦਾ ਢੰਗ ਇਹ ਹੈਗਾ ਵੀ ਅਸੀਂ ਇਹਨੂੰ 3 ਗ੍ਰਾਮ ਦੀ ਮਾਤਰਾ ਤੱਕ ਸਰੀਰ ਦੇ ਵੇਟ ਦੇ ਹਿਸਾਬ ਨਾਲ, ਜੇਕਰ ਕਿਸੇ ਦਾ ਵੇਟ 70-80 ਕਿਲੋ ਹੈਗਾ ਤਾਂ 3 ਗ੍ਰਾਮ ਦੀ ਮਾਤਰਾ ਸ਼ਹਿਦ ਨਾਲ ਇਸ ਦਾ ਪ੍ਰਯੋਗ ਕਰੋ। ਸ਼ਹਿਦ ਨਾਲ ਸੁਬਾਹ ਨਿਰਣੇ ਕਾਲਜ ਕੀਤਾ, ਇਸ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਵੀਕਨੈਸ ਸਾਰੇ ਤਰ੍ਹਾਂ ਦੇ ਦੂਰ ਹੋ ਜਾਣੀ ਹੈ। ਹਾਂਜੀ, ਜਦੋਂ ਇਹ ਤਿਆਰ ਹੋ ਗਈ ਤਾਂ ਇਸ ਤੋਂ ਬਾਅਦ ਇਹਦੀ ਮਾਤਰਾ ਜਿਹੜੀ ਹੈਗੀ ਆ ਉਹ ਅਲੱਗ ਅਲੱਗ ਹੈਗੀ ਆ, ਅਲੱਗ ਅਲੱਗ ਪੇਸ਼ੈਂਟਾਂ ਲਈ। ਜਿਸ ਤਰ੍ਹਾਂ ਗੋਡਿਆਂ ਦੇ ਮਰੀਜ਼ ਨੇ ਜਿਹਨਾਂ ਦੇ ਗੋਡੇ ਘਸ ਚੁੱਕੇ ਨੇ, ਹਾਂਜੀ ਜਿਨ੍ਹਾਂ ਦੇ ਗੋਡੇ ਖਰਾਬ ਹੈਗੇ ਆ ਉਹਨਾਂ ਲਈ ਇਹ ਅੰਮ੍ਰਿਤ ਸਮਾਨ ਕੰਮ ਕਰਦੀ ਹੈ। ਉਹਨਾਂ ਦੇ ਗੋਡਿਆਂ ਨੂੰ ਰੀਜਨੇਟ ਕਰਦੀ ਹੈ, ਗੋਡੇ ਘਸਣ ਤੋਂ ਬਚਾਉਂਦੀ ਹੈ। ਉਹਨਾਂ ਨੂੰ ਇਹ ਚਾਹੀਦਾ ਵੀ ਇਹਦੀ 1-1 ਰੱਤੀ ਦੀ ਮਾਤਰਾ ਸੁਬਹਾ ਸ਼ਾਮ ਹਾਰ ਸ਼ਿੰਗਾਰ ਦੇ ਕਾੜੇ ਨਾਲ ਲਈ ਜਾਵੇ। ਅੱਛਾ, ਜਿਹੜੇ ਬੰਦਿਆਂ 'ਚ ਸਕਰਾਣੂਹੀਣਤਾ ਹੈਗੀ ਆ, ਵੀ ਜਿਹੜੀਆਂ ਮਾਤਾਵਾਂ ਭੈਣਾਂ ਨੂੰ ਆਂਡੇ ਨਹੀਂ ਬਣਦੇ, ਬੱਚੇਦਾਨ ਦੀ ਕੋਈ ਪ੍ਰੋਬਲਮ ਆ, ਜਿਹੜੇ ਬੱਚਿਆਂ ਦੀ ਲੰਬਾਈ ਨਹੀਂ ਵੱਧਦੀ ਹੈ ਨਾ, ਉਹਨਾਂ ਲਈ ਵੀ ਬਹੁਤ ਵਧੀਆ ਅਤੇ ਦਿਮਾਗ ਦੇ ਵਿਕਾਸ ਲਈ ਵੀ ਬਹੁਤ ਵਧੀਆ। ਤਾਂ ਇਸ ਕਰਕੇ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਇਹਨੂੰ ਤਿਆਰ ਕਰਕੇ ਤੁਸੀਂ ਕਿਸੇ ਨਜ਼ਦੀਕੀ ਵੈਦ ਜਾਂ ਡਾਕਟਰ ਦੀ ਰਾਏ ਲੈ ਕੇ ਕੈਲਸ਼ੀਅਮ ਦੀ ਸਰੀਰ ਆਪਣੀ ਇਹਨੂੰ ਪ੍ਰਯੋਗ ਕਰੋ, ਤੰਦਰੁਸਤ ਰਹੋ। ਮੇਰਾ ਤਾਂ ਇਹੀ ਸਾਡਾ ਜਿਉਂਦਾ ਆਯੁਰਵੈਦ ਦਾ ਏਮ ਆ ਵੀ ਤੁਹਾਨੂੰ
ਉਹਨਾਂ ਦਵਾਈਆਂ ਬਾਰੇ ਉਹਨਾਂ ਸਮੱਸਿਆ ਬਾਰੇ ਦੱਸਿਆ ਜਾਵੇ ਜਿਹੜੀਆਂ ਅੱਜ ਬਹੁਤ ਜ਼ਿਆਦਾ ਫੈਲੀਆਂ ਵੀ ਹੈ। ਸਭ ਤੋਂ ਵੱਧ ਪ੍ਰੋਬਲਮ ਅੱਜ ਹੱਡੀਆਂ ਦੇ ਰੋਗਾਂ ਦੀ ਆ ਰਹੀ ਹੈ, ਤਾਂ ਇਹਦਾ ਮੇਨ ਕਾਰਨ ਮੈਨੂੰ ਜਿਸ ਤੱਕ ਸਮਝ ਆਇਆ ਵੀ ਕੈਲਸ਼ੀਅਮ ਅਤੇ ਹੋਰ ਕਈ ਤੱਤਾਂ ਦੀ ਕਮਜ਼ੋਰੀ ਕਮੀ ਕਰਕੇ ਹੈਗਾ, ਅੰਤੜੀਆਂ ਦੀ ਸੋਜ ਵਗੈਰਾ। ਇਹ ਹਲਦੀ ਦੇ ਕੰਬੀਨੇਸ਼ਨ ਇੱਕ ਐਸਾ ਕੰਬੀਨੇਸ਼ਨ ਬਣਦਾ ਜਿਹੜਾ ਸਰੀਰ ਨੂੰ ਫੌਲਾਦ ਦੀ ਤਰ੍ਹਾਂ ਮਜ਼ਬੂਤ ਬਣਾ ਆਉਂਦਾ। ਹਾਂ, ਇਹਦਾ ਬਸ ਵਧੀਆ ਢੰਗ ਨਾਲ ਪ੍ਰਯੋਗ ਕਰਨਾ ਸਹੀ ਹੋਣਾ ਚਾਹੀਦਾ। ਅੰਧਾ ਧੁੰਦ ਵਰਤੋਂ ਕਰਨੀ ਕਿਸੇ ਵੀ ਚੀਜ਼ ਦੀ ਮਾੜੀ ਹੈ, ਤਾਂ ਇਸ ਨੂੰ ਤੁਸੀਂ ਤਿਆਰ ਕਰਕੇ ਕਿਸੇ ਨਜ਼ਦੀਕੀ ਵੈਦ ਡਾਕਟਰ ਦੀ ਸਲਾਹ ਨਾਲ ਆਪਣਾ ਟੈਸਟ ਕਰਵਾ ਕੇ ਕੈਲਸ਼ੀਅਮ ਕਿੰਨਾ ਹੈਗਾ ਤੁਹਾਡਾ, ਘੱਟ ਹੈਗਾ, ਸਰੀਰ ਨੂੰ ਲੋੜ ਹੈਗੀ ਹੈ, ਤਾਂ ਉਹਦੇ ਲਈ ਆਯੁਰਵੈਦ ਕੈਲਸ਼ੀਅਮ ਦੀ ਵਰਤੋਂ ਕਰੋ। ਤੰਦਰੁਸਤ ਰਹੋ, ਹਮੇਸ਼ਾ ਖੁਸ਼ ਰਹੋ। ਸਾਡਾ ਆਯੁਰਵੈਦ ਜਿਉਂਦਾ ਆਯੁਰਵੈਦਾ ਦਾ ਇਹੀ ਮਕਸਦ ਹੈਗਾ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ।